ਇਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ ਕਿ ਉਹ ਮੈਨੂੰ ਪੈਸੇ ਦੇ ਨਹੀਂ ਤੇ ਤੇਰੇ ਤੇ ਮੈਂ ਝੂਠਾ ਮੁਕਦਮਾ ਦਰਜ ਕਰਾਵਾਂਗਾ ਮੈਂ ਡਰਦਾ ਬਹੁਤ ਸੀਗਾ ਮੈਂ ਉਹਦੇ ਨਾਲ ਬਹਿਸ ਨਹੀਂ ਕਰ ਸਕਦਾ ਸੀ ਮੈਂ ਉਹਨੂੰ ਕਦੀ 2 ਲੱਖ ਦੇ ਦੇਣਾ ਕਦੀ 3 ਲੱਖ ਕਦੀ 2.5 ਲੱਖ ਕਦੀ 1 ਲੱਖ ਈਵਨ ਉਹਦੀ ਲੜਕੀ ਦੀ ਸ਼ਾਦੀ ਸੀ ਮੈਨੂੰ ਕਹਿੰਦਾ ਮੈਨੂੰ ਸ਼ਰਾਬ ਲਿਆ ਕੇ ਦੇ ਮੈਂ ਸ਼ਰਾਬ ਵੀ 40 50 ਹਜ਼ਾਰ ਰੁਪਏ ਦੀ ਲਿਆ ਕੇ ਦਿੱਤੀ ਇਸ ਤਰ੍ਹਾਂ ਜੀ ਮੈਂ ਕਰੋੜਾਂ ਰੁਪਏ ਦਿੱਤੇ ਨੇ ਜੇ ਕਹੋਗੇ ਮੈਂ ਬੈਂਕ ਸਟੇਟਮੈਂਟ ਕਢਾ ਕੇ ਵੀ ਤੁਹਾਨੂੰ ਦਊਂਗਾ ਠੀਕ ਹੈ ਜੀ ਮੇਰੇ ਮੇਰੀ ਵਾਈਫ ਦੇ ਮੇਰੇ ਬੱਚਿਆਂ ਦੇ ਜੋ ਖਾਤੇ ਵਿੱਚ ਪੈਸੇ ਆਉਂਦੇ ਰਹੇ ਸਭ ਇਹਦੇ ਕੋਲ ਜਾਂਦੇ ਰਹੇ ਅਜੇ ਸਿਰਫ ਰੋਟੀ ਖਾਂਦੇ ਰਹੇ ਤੂੰ ਐਡਾ ਵੱਡਾ ਫਾਈਨੈਂਸਰ ਹੈ ਪ੍ਰਾਈਵੇਟ ਲਿਮਟਿਡ ਫਰਮ ਹੈ ਲੋਕਾਂ ਦੇ ਹਜ਼ਾਰਾਂ ਕੇਸ ਤੂੰ ਕਰਾਏ ਹੋਏ ਨੇ ਕਿ ਤੈਨੂੰ ਨਹੀਂ ਪਤਾ ਜਿਹਦੇ ਨਾਂ ਤੇ ਪ੍ਰਾਪਰਟੀ ਉਹੀ ਵੇਚ ਸਕਦਾ ਲਓ ਜੀ ਮੇਰੇ ਮੁੰਡਿਆਂ ਨੇ ਉਹਨੂੰ ਜਾਤੀ ਸੂਚਕ ਵੀ ਸ਼ਬਦ ਬੋਲਤੇ ਮੇਰੀ ਵਾਈਫ ਨੇ ਵੀ ਬੋਲਤੇ ਮੈਂ ਵੀ ਬੋਲਤੇ ਅਸੀਂ ਮਾਰਿਆ ਕੁੱਟਿਆ ਵੀ ਆ ਇਲਜ਼ਾਮ ਲਾਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਗਲੋਬਲ ਪੰਜਾਬ ਟੀਵੀ ਤੇ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਖਬਰ ਦੇ ਨਾਲ ਰੂਬਰੂ ਕਰਵਾਵਾਂਗੇ ਦੱਸ ਦਈਏ ਕਿ ਕੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਮੁਹੱਲਾ ਕਲੀਨਿਕ ਦਾ ਅੰਮ੍ਰਿਤਸਰ ਦੇ ਵਿੱਚ ਉਦਘਾਟਨ ਸਮਾਰੋਹ ਰੱਖਿਆ ਗਿਆ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਆਪਣੀ ਸ਼ਿਕਾਇਤ ਦੇ ਲਈ ਰੋਲਾ ਪਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ सीएम भगवंत मान ਦੇ ਵੱਲੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ ਔਰ ਉਹ ਸ਼ਖਸ਼ ਅਮਰਜੀਤ ਸਿੰਘ ਜਿਹੜੇ ਕਿ ਲੁਧਿਆਣਾ ਦੇ ਰਹਿਣ ਵਾਲੇ ਨੇ ਉਹ ਇਸ ਸਮੇਂ ਮੌਜੂਦ ਨੇ ਔਰ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਨ ਆਏ ਨੇ ਆਖਿਰ ਜਾਣਾਂਗੇ ਕਿ ਕਿਹੜੇ-ਕਿਹੜੇ ਉਹਨਾਂ ਦੇ ਮੁੱਦੇ ਸੀ ਕੀ ਗੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੀ ਆਵਾਜ਼ ਆਪਣੀ ਚੁੱਕੀ ਗਈ ਕਿ ਸੀਐਮ ਭਗਵੰਤ ਮਾਨ ਦੇ ਕੋਲ ਉਹਨਾਂ ਨੂੰ ਪਹੁੰਚਣਾ ਪਿਆ ਸਰ ਕਿਹੜੇ-ਕਿਹੜੇ ਮੁੱਦੇ ਸੀਗੇ ਔਰ ਕੀ ਵਜ੍ਹਾ ਰਹੀ ਹੈ ਕਿ ਸੀਐਮ ਭਗਵੰਤ ਮਾਨ ਦੇ ਕੋਲ ਤੁਹਾਨੂੰ ਇਸ ਤਰੀਕੇ ਨਾਲ ਆਵਾਜ਼ ਚੁਕਣੀ ਪਈ ਹੈ ਕਿ ਉਹਨਾਂ ਨੂੰ ਖੁਦ ਤੁਹਾਨੂੰ ਬੁਲਾਉਣਾ ਪਿਆ ਸਾਲ 2003 ਦੌਰਾਨ ਮੇਰਾ ਇੱਕ ਐਕਸੀਡੈਂਟ ਜੇ ਮੇਰੀ ਲੱਤ ਟੁੱਟ ਗਈ ਸੀ ਮੈਂ ਕਾਫੀ ਟਾਈਮ ਮੰਝੇ ਤਰਿਆ ਉਦੋਂ ਮੇਰੇ ਬੱਚੇ ਛੋਟੇ ਸੀ ਆ ਬੇਟਾ ਮੇਰਾ 35 ਸਾਲ ਦਾ ਤੇ 14 ਸਾਲਾਂ ਦਾ ਸੀਗਾ ਤੇ ਮੈਂ ਬਹੁਤ ਪਰੇਸ਼ਾਨ ਸੀਗਾ ਮੇਰੇ ਇੱਕ ਦੋਸਤ ਮੇਰੇ ਘਰ ਆਏ ਮੈਂ ਕਿਹਾ ਜਸਵਿੰਦਰ ਜਸਵੰਤ ਸਿੰਘ ਜੋਧ ਦਾ ਨਾਂ ਸੀ ਉਹਨਾਂ ਦਾ ਮੈਂ ਕਿਹਾ ਜੋਧ ਦਾ ਸਾਹਿਬ ਮਨੇ ਕੋ 50000 ਰੁਪਈਆ ਦੇ ਲੋੜ ਆ ਉਹ ਕਹਿਣ ਲੱਗੇ ਵਿਸ਼ਾਲ ਨੰਬਰ ਇੱਕ ਨੰਬਰ ਕੋਠੀ ਦੇ ਵਿੱਚ ਲਾਲ ਕੋਠੀ ਨਾਲੇ ਮਸ਼ਹੂਰ ਹੈ ਉਹ ਜਸਵਿੰਦਰ ਸਿੰਘ ਵੜੈਚੋ ਫਾਈਨੈਂਸਰ ਹੈ ਮੈਂ ਤੈਨੂੰ ਉਹਦੇ ਕੋਲ ਦਵਾ ਦਿੰਦਾ ਉਹਨੂੰ ਮੈਂ ਜਾਣਦਾ ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਕਿਸ ਕਿਰਦਾਰ ਦਾ ਬੰਦਾ ਹੈ ਮੈਂ ਚਲਾ ਗਿਆ ਉਹਦੇ ਕੋਲ ਮੈਂ 50000 ਰੁਪਏ ਦੀ ਮੰਗ ਕੀਤੀ ਉਹ ਕਹਿੰਦਾ ਜੀ 50000 ਰੁਪਏ ਦੇ ਦੇਣੇ ਆ ਉਹਦੇ ਬਦਲੇ ਤੁਹਾਨੂੰ ਤੁਹਾਡੀ ਪਤਨੀ ਦੇ ਕੋਰੇ ਚੈੱਕ ਤੇ ਕੋਰੇ ਸਟਾਮ ਚਾਹੀਦੇ ਹੋਣਗੇ ਜਦੋਂ ਸਾਡੇ ਪੈਸੇ ਵਾਪਸ ਕਰ ਦੋਗੇ ਤੁਹਾਡੇ ਅਮਾਨਤੀ ਕਾਗਜ਼ ਤੁਹਾਨੂੰ ਵਾਪਸ ਕਰਤੇ ਜਾਣਗੇ ਮੈਂ 3-4 ਮਹੀਨੇ ਬਾਅਦ ਜਦੋਂ ਵਾਪਸ ਕਰਤੇ ਉਹਨੂੰ ਕਾਗਜ਼ ਪੈਸੇ ਵੀ ਦੇ ਦਿੱਤੇ ਮੈਂ ਕਿਹਾ ਜੀ ਮੇਰੇ ਉਹ ਅਮਾਨਤੀ ਕਾਗਜ਼ ਦੇ ਦਿਓ ਕਹਿੰਦਾ ਜੂ ਕਿਤੇ ਰੱਖਿਓ ਇਹਨੇ ਇੱਕ ਹਫ਼ਤੇ ਬਾਅਦ ਆ ਕੇ ਲੈ ਜਾਈਓ ਮੈਂ ਇੱਕ ਹਫ਼ਤੇ ਬਾਅਦ ਗਿਆ ਕਹਿੰਦਾ ਮਿਲਦੇ ਨਹੀਂ ਅਗਲੇ ਹਫ਼ਤੇ ਆ ਜਾਈਓ ਉਸ ਸਾਲ ਕੁ ਕਰੀਬ ਇਦਾਂ ਹੀ ਘੁਮਾਉਂਦਾ ਰਿਹਾ ਫਿਰ ਕਹਿੰਦਾ ਯਾਰ ਗੁੰਮ ਹੋ ਗਏ ਨੇ ਮੇਰੇ ਕੋ ਤੇ ਲਿਖਤ ਲੈਣੀ ਹੈ ਲੈ ਲਓ ਮੈਂ ਲਿਖ ਦਿੰਦਾ ਮੈਂ ਤੁਹਾਡੇ ਤੇ ਕੋਈ ਗਲਤ ਕਾਰਵਾਈ ਨਹੀਂ ਹੋਏਗੀ ਹੁਣ ਉਸ ਲਿਖਤ ਦਾ ਮੈਂ ਕੀ ਕਰ ਲਾਂਗਾ ਜੇ ਕਿਸੇ ਹੋਰ ਕੋਲ ਪਰਚਾ ਦਰਜ ਕਰਾ ਦੇ ਝੂਠਾ ਉਹਦੇ ਤੇ ਕੋਈ ਵੈਲਿਊ ਨਹੀਂ ਹੈ ਮੈਂ ਕਹਾਂ ਜੀ ਦੇਖੋ ਹੁਣ ਤੁਹਾਡੀ ਇਮਾਨਦਾਰੀ ਹੈ ਇਹ ਕੰਮ ਮੇਰੇ ਨਾਲ ਗਲਤ ਕੰਮ ਨਾ ਕਰਿਓ ਉਸ ਤੋਂ ਬਾਅਦ ਜੀ ਕਾਫੀ ਸਮਾਨ ਨਿਕਲ ਗਿਆ ਇਹ ਮੈਨੂੰ ਲਿਖਤ ਤੁਹਾਨੂੰ ਦੇ ਦਿੱਤੀ ਸੀ ਉਹਨਾਂ ਨੇ ਨਹੀਂ ਦਿੱਤੀ ਨਹੀਂ ਦਿੱਤੀ ਕਾਫੀ ਸਮਾਨ ਨਿਕਲ ਗਿਆ ਇਹਨੇ ਮੈਨੂੰ ਕਦੀ ਬੁਲਾਣਾ ਆਇਆ ਚਾਹ ਪੀ ਲੈ ਮੈਂ ਤੇ ਤੂੰ ਥੋੜਾ ਜਿਹਾ ਡਰਦਾ ਸੀਗਾ ਕਿਉਂ ਇਹ ਬਦਮਾਸ਼ ਕਿਸਮ ਦਾ ਬੰਦਾ ਹੈ ਇਹਦੀ ਕਰਪਟ ਪੁਲਿਸ ਅਫਸਰਾਂ ਨਾਲ ਦੋਸਤੀ ਵੀ ਹੈਗੀ ਹੈ ਮੈਂ ਜਾਣਾ ਇਹਨੇ ਐਫਆਈਆਰ ਕੱਢ ਕੇ ਦਿਖਾਣੀ ਅੱਜ ਮੈਂ ਫਲਾਣੇ ਤੇ ਐਫਆਈਆਰ ਕਰਾਈ ਹੈ ਅੱਜ ਮੈਂ ਬੀਓਆਈ ਹੈੱਡ ਕੁਆਟਰ ਤੋਂ ਇਨਕੁਆਰੀ ਕਰਾ ਕੇ ਫਲਾਣੇ ਤੇ ਐਫਆਈਆਰ ਕਰਾ ਕੇ ਆਇਆ ਮੈਂ ਆਪ ਫੋਨ ਮਾਰਨਾ ਉੱਪਰ ਵਾਈਫ ਨੂੰ ਕੱਢੀ ਤਾਂ ਮੇਰੇ ਉੱਪਰੋਂ ਕਾਗਜ਼ ਕੱਢੀ ਜਿਹੜਾ ਅੱਜ ਮੈਂ ਮੁਕਦਮਾ ਦਰਜ ਕਰਾਇਆ ਦਹਸ਼ਤ ਹੋਰ ਵੱਧ ਜਾਂਦੀ ਸੀ ਮੇਰੇ ਮਾਨੇ ਚ ਇਹਨੇ ਜੀ ਉਸ ਦਹਸ਼ਤ ਦਾ ਇੰਨਾ ਫਾਇਦਾ ਲਿਆ ਮਰਤੋਂ ਇਹਦੇ ਕੋਲ ਪੁਲਿਸ ਅਫਸਰ ਆ ਕੇ ਵੀ ਬੰਦੇ ਸੀ ਮੈਂ ਆਪ ਆਪਣੀ ਦੇਖਦਾ ਰਿਹਾ ਕਿ ਫਲਾਣਾ ਆਇਆ ਟਿਕਾਣਾ ਆਇਆ ਵੱਡੇ ਵੱਡੇ ਅਧਿਕਾਰੀ ਆਂਦੇ ਸੀਗੇ 2009 ਚ ਮੇਰਾ ਛੋਟਾ ਬੇਟਾ ਵਧੀਆ ਕਾਰੋਬਾਰ ਚ ਸੈੱਟ ਹੋ ਗਿਆ ਬੰਬੇ ਗਿਆ ਉਹਦਾ ਕਾਰੋਬਾਰ ਵਧੀਆ ਚੱਲ ਪਿਆ ਉਹ ਸੈੱਟ ਹੋ ਗਿਆ ਇਹਨੂੰ ਪਤਾ ਲੱਗ ਗਿਆ ਕਿ ਕਮਾਈ ਤੇ ਜਿਹੜੀ ਇਹ ਹੁਣ ਲੱਖਾਂ ਚ ਆ ਰਹੀ ਹੈ ਇਹਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ ਕਿ ਉਹ ਮੈਨੂੰ ਪੈਸੇ ਦੇ ਨਹੀਂ ਤੇ ਤੇਰੇ ਤੇ ਮੈਂ ਝੂਠਾ ਮੁਕਦਮਾ ਦ ਬੱਸ ਨਹੀਂ ਕਰ ਸਕਦਾ ਸੀ ਮੈਂ ਉਹਨੂੰ ਕਦੀ 2 ਲੱਖ ਦੇ ਦਿੰਨਾ ਕਦੀ 3 ਲੱਖ ਕਦੀ 4 ਲੱਖ ਕਦੀ ਲੱਖ ਈਵਨ ਉਹਦੀ ਲੜਕੀ ਦੀ ਸ਼ਾਦੀ ਸੀ ਮੈਨੂੰ ਕਹਿੰਦਾ ਮੈਨੂੰ ਸ਼ਰਾਬ ਲਿਆ ਕੇ ਦੇ ਮੈਂ ਸ਼ਰਾਬ ਵੀ 40 50 ਹਜ਼ਾਰ ਰੁਪਏ ਦੀ ਲਿਆ ਕੇ ਦਿੱਤੀ ਇਸ ਤਰ੍ਹਾਂ ਜੀ ਮੈਂ ਕਰੋੜਾ ਰੁਪਏ ਦਿੱਤੇ ਨੇ ਜੇ ਕਹੋਗੇ ਮੈਂ ਬੈਂਕ ਸਟੇਟਮੈਂਟ ਕਢਾ ਕੇ ਵੀ ਤੁਹਾਨੂੰ ਦਊਂਗਾ ਠੀਕ ਹੈ ਜੀ ਮੇਰੇ ਮੇਰੀ ਵਾਈਫ ਦੇ ਮੇਰੇ ਬੱਚਿਆਂ ਦੇ ਜੋ ਖਾਤੇ 'ਚ ਪੈਸੇ ਆਂਦੇ ਰਹੇ ਸਭ ਇਹਦੇ ਕੋਲ ਜਾਂਦੇ ਰਹੇ ਅਸੀਂ ਸਿਰਫ ਰੋਟੀ ਹੀ ਖਾਂਦੇ ਰਹੇ ਉਹ ਤੋਂ ਬਾਅਦ ਜੀ 2020 ਦੇ ਵਿੱਚ ਆ ਕੇ ਬੱਚੇ ਕਹਿੰਦੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਸਾਰੇ ਮੇਰੀ ਕੀ ਵਕਾਤ ਹੈ ਉਸ ਬੰਦੇ ਦੀ ਬਹੁਤ ਪਹੁੰਚ ਹੈ ਇਹ ਤਾਂ ਮੈਨੂੰ ਤਾਂ ਹੀ ਸੀਐਮ ਸਾਹਿਬ ਕੋਲ ਜਾਣਾ ਪਿਆ ਗਿਆ ਫਿਰ ਉਹ ਤੋਂ ਬਾਅਦ ਜੀ ਮੈਂ 2020 ਦੇ ਵਿੱਚ ਇੱਕ ਸਿਵਲ ਸੂਟ ਲਾਇਆ ਜਰੂਰ ਕੋਰਟ ਦੇ ਵਿੱਚ ਕਿ ਮੇਰੀ ਪੁਲਿਸ ਨੇ ਸੁਣਵਾਈ ਨਹੀਂ ਕਰਨੀ ਮੇਰੀ ਕੋਰਟ ਨੇ ਸੁਣਵਾਈ ਹੋਏਗੀ ਜਦੋਂ ਸਿਵਲ ਸੂਟ ਲੱਗਿਆ ਇਹਨੇ ਕਿਹਾ ਇਹ ਤਾਂ ਐਕਟਿਵ ਹੋ ਗਿਆ ਹੁਣ ਪੈਸੇ ਵੀ ਨਹੀਂ ਐਕਟਿਵ ਹੋ ਗਿਆ ਤੇ ਹੁਣ ਕੋਈ ਨਾ ਕੋਈ ਕਰੋ ਕਾਰਵਾਈ ਇਹਨੇ ਜੀ ਇੱਕ ਜਿਹੜੇ ਮੇਰੇ 10 ਰੁਪਏ ਦੇ 20 ਰੁਪਏ ਦੇ ਸਟਾਮਪ ਦਿੱਤੇ ਸੀ ਇਹਨੂੰ ਕੋਰੇ ਉਸ ਜਮਾਨੇ ਦੇ 2018 ਦੇ ਵਿੱਚ 17 18 ਚਾਕੇ ਨੇ ਉਹ ਵਰਤ ਲਏ ਉਹਦੇ ਤੇ ਲਿਖਾ ਲਿਆ ਕਿ ਮੰਡੀ ਗੋਬਿੰਦਗੜ ਦੇ ਵਿੱਚ ਇੱਕ ਇਹਨੂੰ ਮਜਾਦ ਵੇਚੀਏ ਦਿਖਾਓ ਜੀ ਉਹ ਜਿਹੜੇ 10 ਤੇ 20 ਰੁਪਏ ਦੇ ਸਟਾਮ ਤੁਸੀਂ ਮੈਨੂੰ ਦੱਸੋ ਕਿ 10 ਰੁਪਏ ਦੇ ਸਟਾਮ ਅੱਜ ਦੇ ਚੱਲਣ ਵਿੱਚ ਹੈਗੇ ਨੇ ਨਹੀਂ ਹੈਗੇ ਇਹਨੇ ਉਹ 20 ਰੁਪਏ ਦਾ ਸਟਾਮ ਹੈ ਜਿਹੜਾ ਹੁਣ ਚੱਲਣ ਵਿੱਚ ਬਿਲਕੁਲ ਨਹੀਂ ਹੈ ਇੱਕ 10 ਦਾ ਵੀ ਹੈਗਾ ਇਹ 2008 ਚ ਬੰਦ ਹੋ ਚੁੱਕਿਆ ਹੈ ਇਸ ਸਟਾਮ ਜੀ 2000 ਇਹ 2018 ਚ ਸੌਦਾ ਕਿੱਦਾਂ ਹੋ ਸਕਦਾ ਹੈ ਇਸ ਸਟਾਮਾਂ ਤੇ ਅੱਛਾ ਇੱਕ ਤੇ ਦਿਖਾਉਂਦਾ ਪਿਆ ਹੈ ਕਿ ਸੌਦਾ ਮੈਂ ਖਰੀਦਿਆ ਮੇਰੇ ਮੇਰੇ ਕਾਗਜ਼ਾਂ ਨੂੰ ਬਣਾ ਕੇ ਕਿ ਸੌਦਾ ਜਿਹੜਾ ਹੈ ਮੈਂ ਖਰੀਦਿਆ ਦੂਜੇ ਸਟਾਮ ਤੇ ਲਿਖਾ ਰਿਹਾ ਕਿ ਭੁਪਿੰਦਰ ਕੌਰ ਜਿਹੜੀ ਕਿ ਮੇਰੀ ਪਤਨੀ ਹੈ ਸੌਦਾ ਉਹਨੇ ਵੇਚਿਆ ਤੂੰ ਐਡਾ ਵੱਡਾ ਫਾਈਨੈਂਸਰ ਹੈ ਪ੍ਰਾਈਵੇਟ ਲਿਮਟਿਡ ਫਰਮ ਹੈ ਲੋਕਾਂ ਦੇ ਹਜ਼ਾਰਾਂ ਕੇਸ ਤੂੰ ਕਰਾਏ ਹੋਏ ਨੇ ਕਿ ਤੈਨੂੰ ਨਹੀਂ ਪਤਾ ਜਿਹਦੇ ਨਾਂ ਤੇ ਪ੍ਰਾਪਰਟੀ ਉਹੀ ਵੇਚ ਸਕਦਾ ਤੂੰ ਉਲਝਾਣਾ ਸੀ ਉਲਝਾਇਆ ਰੱਜ ਕੇ ਉਲਝਾਇਆ ਉਸ ਤੋਂ ਬਾਅਦ ਜੀ ਇੱਕ ਐਸ்சி ਐਸਟੀ ਕਮਿਸ਼ਨ ਦਾ ਬੰਦਾ ਇਹਦੇ ਵਿੱਚ ਉਹਨੇ ਪ੍ਰਾਪਰਟੀ ਡੀਲਰ ਬਣਾ ਲਿਆ ਤੇ ਉਹਨੂੰ ਗਵਾਹ ਵੀ ਬਣਾ ਲਿਆ ਉਹਦੇ 'ਚ ਇਹ ਦਰਸਾਇਆ ਗਿਆ ਕਿ ਜਦੋਂ ਰਜਿਸਟਰੀ ਕਰਾਉਣ ਦਾ ਟਾਈਮ ਸੀ 6 ਮਹੀਨੇ ਬਾਅਦ ਅਸੀਂ ਇਹਨਾਂ ਨੂੰ ਮੰਡੀ ਗੋਬਿੰਦਗੜ੍ਹ ਬੁਲਾਇਆ ਇਹ ਸਾਰਾ ਹੀ ਪਰਿਵਾਰ ਆ ਗਿਆ ਜਦ ਕਿ ਮੇਰਾ ਛੋਟਾ ਬੇਟਾ ਰਹਿੰਦਾ ਹੀ ਬੰਬੇ ਇਹ ਸਾਰਾ ਪਰਿਵਾਰ ਆਇਆ ਤੇ ਉਦੋਂ ਜਸਵਿੰਦਰ ਸਿੰਘ ਵੜੈਚ ਕਹਿੰਦਾ ਸਾਡੀ ਕਿਹੜੀ ਜ਼ਮੀਨ ਹੈ ਇਹ ਕਹਿੰਦਾ ਯਾਰ ਮੇਰੇ ਕੋਲ ਗਲਤੀ ਹੋ ਗਈ ਤੇਰੇ ਪੈਸੇ ਮੈਂ ਖਾ ਗਿਆ ਹਾਂ ਤੇ ਜਸਵਿੰਦਰ ਸਿੰਘ ਕਹਿੰਦਾ ਇਹ ਤਾਂ ਬਹੁਤ ਮਾੜੀ ਗੱਲ ਹੈ ਇਹ ਹੱਥ ਜੋੜਨ ਲੱਗ ਪਿਆ ਤੇ ਇਹਦੇ ਮੁੰਡੇ ਕਹਿੰਦੇ ਪਾਪਾ ਤੂੰ ਹੱਥ ਕਿਉਂ ਜੋੜਦਾ ਹੈ ਜਿਹੜਾ ਉਹ ਪ੍ਰਾਪਰਟੀ ਡੀਲਰ ਸੀ ਮੇਰੀ ਵਾਈਫ ਕਹਿੰਦੀ ਹੈ ਕਿ ਸਾਰੀ ਹਰਕਤ ਇਹਦੀ ਕੀਤੀ ਹੈ ਲੋ ਜੀ ਮੇਰੇ ਮੁੰਡਿਆਂ ਨੇ ਉਹਨੂੰ ਜਾਤੀ ਸੂਚਕ ਵੀ ਸ਼ਬਦ ਬੋਲਤੇ ਮੇਰੀ ਵਾਈਫ ਨੇ ਵੀ ਬੋਲਤੇ ਮੈਂ ਵੀ ਬੋਲਤੇ ਅਸੀਂ ਮਾਰਿਆ ਕੁੱਟਿਆ ਵੀ ਆ ਇਲਜ਼ਾਮ ਲਾਤਾ ਐਸੇ ਹੀ ਬਿਨਾ ਤੇ ਜੀ ਇਹਨਾਂ ਨੇ ਐਸ்சி ਐਸਟੀ ਕਮਿਸ਼ਨ ਦੇ ਵਿੱਚ ਸਾਡੇ ਖਿਲਾਫ ਇੱਕ ਦਰਖਾਸਤ ਦੇ ਦਿੱਤੀ ਜਿਹੜੀ ਆਈਜੀ ਜਲੰਧਰ ਕਪੂਰਥਲਾ ਨੂੰ ਮਾਰਕ ਕੀਤੀ ਗਈ ਅੱਛਾ ਜੀ ਮੈਂ ਇਸ ਜਦੋਂ ਕਿ ਕਿਹੜੇ ਸਾਲ ਦੇ ਵਿੱਚ ਜਿਹੜੀ ਆ ਕੰਪਲੀਟ ਦਿੱਤੀ ਗਈ 2020 ਦੇ ਵਿੱਚ 2020 ਕੱਢ ਕੱਢ ਦੇਖੀ ਅੱਛਾ ਉਸ ਤੋਂ ਬਾਅਦ ਜੀ ਮੈਂ ਮਾਨਯੋਗ ਡੀਜੀਪੀ ਦਿਨਕਰ ਗੁਪਤਾ ਸਾਹਿਬ ਕੋਲ ਗਿਆ ਮੈਂ ਕਹਿੰਦਾ ਜੀ ਆਹ ਝੂਠੀਆਂ ਤਰਖਾਸਤਾ ਦੇ ਰਿਹਾ ਮੈਨੂੰ ਬਚਾਇਆ ਜਾਵੇ ਇਹ ਫਾਈਨੈਂਸਰ ਬਦਮਾਸ਼ ਕਿਸਮ ਦਾ ਵਿਅਕਤੀ ਹੈ ਡੀਜੀਪੀ ਸਾਹਿਬ ਨੇ ਮੇਰੀ ਦਰਖਾਸਤ ਮਾਰ ਕਰਕੇ ਲੁਧਿਆਣਾ ਪੁਲਿਸ ਨੂੰ ਭੇਜੀ ਲੁਧਿਆਣਾ ਪੁਲਿਸ ਨੂੰ ਭੇਜੀ ਇਹਨੇ ਉਧਰ ਐਸ்சிਐਸਟੀ ਕਮਿਸ਼ਨ ਵਿੱਚ ਪਹਿਲਾਂ ਹੀ ਲਾਈ ਸੀ ਮੈਂ ਐਸ்சிਐਸਟੀ ਕਮਿਸ਼ਨ ਦੇ ਵਿੱਚੋਂ ਇੱਕ ਆਰਟੀਆਈ ਆਰਟੀਆਈ ਲਈ ਕਢਾਇਆ ਕਿ ਜਿਹੜਾ ਜਤਿੰਦਰ ਗੁਮਾਰਨਾ ਦਾ ਬੰਦਾ ਹੈ ਉਹਨੇ ਮੇਰੇ ਖਿਲਾਫ ਕੀ ਦਰਖਾਸਤ ਦਿੱਤੀ ਮੇਰੇ ਵਕੀਲ ਨੇ ਕਿਹਾ ਕਿ ਉਹ ਕਢਾ ਕੇ ਲਿਆਓ ਤਾਂ ਹੀ ਅਸੀਂ ਕੁਝ ਕਰ ਸਕਦੇ ਹਾਂ ਉਹ ਕਢਾਈ ਤੋਂ ਦਰਖਾਸਤ ਹੀ ਲਿਖਿਆ ਕਿ ਜਿਹੜਾ ਜਤਿੰਦਰ ਕੁਮਾਰ ਐਸਸੀ ਬਰਾਦਰੀ ਦਾ ਬੰਦਾ ਹੈ ਉਹਦੀ ਇਨਕੁਆਇਰੀ ਜਿਹੜੀ ਆਈਜੀ ਕਪੂਰਥਲਾ ਕਰਨਗੇ ਤੇ ਅਮਰਜੀਤ ਸਿੰਘ ਨੇ ਜਿਹੜੀ ਡੀਜੀਪੀ ਸਾਹਮਣੂ ਦਰਖਾਸਤ ਦਿੱਤੀ ਹੈ ਉਹ ਵੀ ਆਈਜੀ ਕਪੂਰਥਲਾ ਕਲਪ ਕਰਕੇ ਉਹਨਾਂ ਨੂੰ ਆਦੇਸ਼ ਦਿੱਤੇ ਤੁਸੀਂ ਕਰੋ ਜਸਵਿੰਦਰ ਸਿੰਘ ਵੜੈਚ ਜੱਟ ਬਰਾਦਰੀ ਦਾ ਬੰਦਾ ਐਸਸੀਐਸਟੀ ਕਮਿਸ਼ਨ ਦਾ ਕੀ ਕੰਮ ਸਾਜ਼ਿਸ਼ ਹੋਰ ਕੁਝ ਨਹੀਂ ਸਾਰੀ ਦੁਨੀਆ ਤੁਸੀਂ ਵੀ ਸਮਝ ਗਏ ਹੋਵੋਗੇ ਸਾਰੀ ਦੁਨੀਆ ਸਮਝ ਜਾਏਗੀ ਇਹ ਗੱਲ ਸੁਣਨ ਤੋਂ ਬਾਅਦ ਮਤਲਬ 50000 ਤੋਂ ਸਾਰੀ ਗੇਮ ਘੁੰਮਦੀ ਘੁੰਮਦੀ ਅੱਗੇ ਪਰ ਉਹਨਾਂ ਚ ਗਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਮੈਂ ਉਹ ਜਦੋਂ ਕਢਾਇਆ ਆਰਟੀਆਈ ਲਈ ਮੈਂ ਆਪਣੇ ਵਕੀਲ ਸਾਹਿਬ ਕੋਲ ਗਿਆ ਮੇਰੇ ਵਕੀਲ ਸਾਹਿਬ ਨੇ ਉਹ ਕੋਰਟ ਦੇ ਵਿੱਚ ਰਿਟ ਪਟੀਸ਼ਨ ਲਾਈ ਮਾਨਯੋਗ ਜੈ ਸਾਹਿਬ ਰੀਤੂ ਬਾਰੀ ਜੀ ਨੇ ਉਸੇ ਦੇਖਦਿਆਂ ਸਾਰੀ ਮੈਨੂੰ ਉਸੇ ਵੇਲੇ ਸਟੇ ਦਿੱਤੀ ਸਟੇ ਦਿੱਤੀ 2 2.5 ਸਾਲ ਲੰਮਾ ਇਹ ਕੇਸ ਚੱਲਦਾ ਰਿਹਾ ਤੇ ਪਿਛਲੀਆਂ ਦੋ ਤਰੀਖਾਂ ਤੇ ਪਹਿਲਾਂ ਕਮਿਸ਼ਨ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਇਹਨਾਂ ਦੇ ਨੁਮਾਇंदे ਗਏ ਜੈ ਸਾਹਿਬ ਨੇ ਉਹਨਾਂ ਦੇ ਵਕੀਲ ਨੂੰ ਕਿਹਾ ਵਕੀਲ ਸਾਹਿਬ ਤੁਹਾਨੂੰ ਇਹ ਸਾਜ਼ਿਸ਼ ਨਜ਼ਰ ਨਹੀਂ ਆ ਰਹੀ ਇਹ ਤਾਂ ਲੱਗਦਾ ਨਹੀਂ ਕ੍ਰੌਸਪਰੈਂਸੀ ਹੈ ਕਮਿਸ਼ਨ ਤੇ ਪੁਲਿਸ ਮਹਿਕਮਾ ਸਮਝ ਗਿਆ ਕਿ ਇਹ ਸਾਡਾ ਹੁਣ ਭਾਂਡਾ ਫੁੱਟਣ ਵਾਲਾ ਹੈ ਇਹਨਾਂ ਨੇ ਉਹਦੇ ਤੇ ਪ੍ਰੈਸ਼ਰ ਪਾਇਆ ਉਹ ਦਰਖਾਸਤ ਵਾਪਸ ਲੈ ਲਈ ਕੋਰਟ 'ਚ ਕੇਸ ਬੰਦ ਹੋ ਗਿਆ ਇਹ ਕਮਿਸ਼ਨ ਦਾ ਆਰਡਰ ਕੀ ਕਰ ਰਿਹਾ ਤੁਸੀਂ ਦੇਖੋ ਉਹਦੀ ਉਹਦੀ ਕਾਪੀ ਤੁਹਾਨੂੰ ਕਾਪੀ ਕਾਪੀ ਮਿਲ ਗਈ ਤੁਹਾਨੂੰ ਫਿਰ ਕਾਪੀ ਮਿਲ ਗਈ ਤੇ ਉਹ ਤੁਸੀਂ ਅੱਗੇ ਦਿਖਾਈ ਹੈ ਜਿਹੜੇ ਤੁਹਾਡਾ ਫਰਦਰ ਦੂਸਰਾ ਕੇਸ ਸੀਗਾ ਤੁਹਾਡਾ ਜਿਹੜਾ ਮੈਂ ਵੀ ਬੇਨਤੀ ਕਰ ਰਿਹਾ ਜੀ ਇਹਨੇ ਜਿਹੜੇ ਮੇਰੇ ਕਾਗਜ਼ ਸੀਗੇ ਕੋਰੇ ਕਾਗਜ਼ ਪਏ ਇਹਨੇ ਉਹ ਬੀਓਆਈ ਚ ਮੇਰੇ ਖਿਲਾਫ ਦਰਖਾਸਤ ਦਿੱਤੀ ਹੋਈ ਸੀ ਕਲਗ ਉਹ ਪੈਰਲਰ ਚੱਲ ਰਹੀ ਸੀਗੀ ਬੀਓਆਈ ਦੇ ਜਿਹੜੇ ਇਹ ਆਜੀ ਸਾਹਿਬ ਨੇ ਉਹਨਾਂ ਨੇ ਮੈਨੂੰ ਸੰਮਣ ਦੇ ਕੇ ਬੁਲਾਇਆ ਮੈਂ ਗਿਆ ਮੇਰਾ ਬੇਟਾ ਗਿਆ ਤੁਸੀਂ 23 ਜੂਨ 2020 ਦੀ ਮੇਰੇ ਕੋਲ ਰਸੀਦਾ ਕਾਢ ਬੇਟਾ ਮੈਂ ਜਿਸ ਦਿਨ ਗਿਆ ਸੀਗਾ ਉੱਥੇ ਗਿਆ ਤੇ ਉਹਨਾਂ ਨੂੰ ਪੁਲਿਸ ਹੈੱਡਕੁਆਟਰ ਗਿਆ ਅੱਛਾ ਉੱਥੇ ਉੱਥੇ ਸਤਕਾਰਯੋਗ ਡੀਆਈਜੀ ਐਡਮਿਨ ਗੁਰਪ੍ਰੀਤ ਸਿੰਘ ਤੂਰ ਲੱਗੇ ਸਨ ਤੂਰ ਸਾਹਿਬ ਇੱਥੇ ਸੇਵਾਵਾਂ ਦੇ ਚੁੱਕੇ ਨੇ ਮੈਂ ਤੂਰ ਸਾਹਿਬ ਨੂੰ ਜਾਤੀ ਤੌਰ ਤੇ ਜਾਣਦਾ ਸੀ ਮੈਂ ਉਹਨਾਂ ਨੂੰ ਜਾ ਕੇ ਫਤਿਹ ਬੁਲਾਈ ਮੈਂ ਕਿਹਾ ਤੂਰ ਸਾਹਿਬ ਮੇਰੇ ਖਿਲਾਫ ਲੁਧਿਆਣੇ ਕੋ ਫਾਈਨੈਂਸਰ ਉਹਨੇ ਝੂਠੀ ਦਰਖਾਸਤ ਦਿੱਤੀ ਤੁਸੀਂ اے ਆਈਜੀ ਬੀਓਆਈ ਨਵੀਨ ਸੈਣੀ ਜੀ ਨੂੰ ਕਹੋ ਕਿ ਇਹ ਝੂਠਾ ਦਰਖਾਸਤ ਹੈ ਇਹਦੇ ਤੇ ਨਿਰਪੱਖ ਤਰੀਕੇ ਨਾਲ ਇਨਕੁਆਇਰੀ ਕਰਕੇ ਤਾਂ ਹੀ ਕੋਈ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਇੰਟਰਕਾਮ ਤੇ ਉਹਨਾਂ ਨੂੰ ਕਿਹਾ ਵੀ ਫਿਰ ਅਸੀਂ 6ਵੀਂ ਮੰਜ਼ਲ ਗਏ ਉੱਥੇ ਰਜਿਸਟਰ ਚ ਵੀ ਦਰਜ ਹੈ ਜਦੋਂ ਮਰਜ਼ੀ ਕਢਾਇਆ ਜਾ ਸਕਦਾ ਜਦੋਂ ਅਸੀਂ एआईजी नवीन सैनी जी ਕੋਲ ਗਏ ਬੀਓਆਈ ਦੇ एआईजी ਸਾਹਿਬ ਨੇ ਅਜਾ ਕੇ ਬੈਠਾ ਹੀ ਆ ਜਾ ਕੇ ਮੈਂ ਥੋੜੀ ਜਿਹੀ ਗੱਲ ਕੀਤੀ ਕਹਿੰਦੇ papa ਤੇਰੇ ਤੇ ਤਾਂ ਪਰਚਾ ਦਰਜ ਕਰਨਾ ਹੀ ਕਰਨਾ ਮੇਰੀ ਜਾਤਪ੍ਰਤੀ ਮੈਨੂੰ ਗਾਲ ਕੱਢੀ ਮੈਂ ਬਹੁਤ ਡਰਿਆ ਹੋਇਆ ਸੀ ਕਿਉਂਕਿ ਮੈਨੂੰ ਪਤਾ ਸੀ ਉਹ ਬਦਮਾਸ਼ ਹੈ ਤੇ ਪੁਲਿਸ ਨਾਲ ਉਹਦੀ ਸੈਟਿੰਗ ਵੀ ਹੈ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਮਾਮਲਾ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਚੱਲ ਰਿਹਾ ਤੁਸੀਂ ਅ ਕੇਸ ਇੱਕ ਤੁਹਾਡਾ ਖਤਮ ਵੀ ਹੋ ਗਿਆ ਤੁਸੀਂ ਉਹ ਵੀ ਜਾ ਕੇ ਇਹ ਜੀ ਹੁਣ ਖਤਮ ਹੋਇਆ ਹੁਣ ਖਤਮ ਹੈ ਇਹ ਕੋਈ ਗੱਲ ਕਰ ਰਹੇ ਆਂ ਅੱਛਾ ਪੁਰਾਣੀ ਗੱਲ ਕਰ ਰਹੇ ਹੋ ਮਤਲਬ ਤੁਸੀਂ ਤੁਸੀਂ ਤਿੰਨ ਦਰਜ ਕੀਤੇਗੇ ਇੱਕੋ ਸਟੋਰੀ ਦੇ ਉੱਤੇ ਜੀ ਇਹ 2006 ਦੇ ਵਿੱਚ ਜਸਵਿੰਦਰ ਸਿੰਘ ਦੇ ਖਿਲਾਫ ਇੱਕ ਡੀਐਸਪੀ ਸਾਹਿਬ ਨੇ ਇਨਕੁਆਇਰੀ ਕੀਤੀ ਤੇ ਉਹਨਾਂ ਨੇ ਰਿਮਾਰਕਸ ਦਿੱਤੇ ਵੀ ਇੱਕ ਨੈਕਸਸ ਹੈ ਵੀ ਇਹ ਲੋਕਾਂ ਤੋਂ ਇਲੀਗਲ ਮਨੀ ਐਕਸਟਰੈਕਟ ਕਰਦੇ ਨੇ ਠੀਕ ਹੈ ਜੀ ਇਹ ਲੋਕਾਂ ਦੇ ਬਲੈਂਕ ਚੈੱਕ ਰੱਖ ਲੈਂਦੇ ਆ ਸਟਾਮ ਰੱਖ ਲੈਂਦੇ ਆ ਵਾਪਸ ਨਹੀਂ ਦਿੰਦੇ ਇਹਨਾਂ ਤੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਆ ਇੱਕ ਡੀਐਸਪੀ ਸਾਹਿਬ 2006 ਚ ਬੋਲ ਰਹੇ ਨੇ ਇਹ ਗੱਲ ਇਸੇ ਤਰ੍ਹਾਂ ਇੱਕ ਜੱਜ ਸਾਹਿਬ ਇੱਕ ਜੱਜ ਸਾਹਿਬ ਨੇ ਇਹਨਾਂ ਖਿਲਾਫ ਜਸਤੀ ਦੇ ਖਿਲਾਫ ਕੀ ਰਿਮਾਰਕਸ ਦਿੱਤੇ ਨੇ ਵੀ ਜਸਤੀ ਉਹਨਾਂ ਨੂੰ ਧਮਕੀ ਦਿੰਦਾ ਹੈ ਜੱਜ ਸਾਹਿਬ ਨੂੰ ਜੱਜ ਸਾਹਿਬ ਨੂੰ ਵੀ ਮੇਰੇ ਹੱਕ ਚ ਫੈਸਲਾ ਕਰਦੇ ਨਹੀਂ ਤਾਂ ਮੇਰੇ ਕੋਲ ਪਾਲੇ ਹੋਏ ਗੁੰਡੇ ਨੇ ਤੈਨੂੰ ਦੇਖ ਲੈਣਗੇ ਮੈਂ ਬਾਹਰ ਤੂੰ ਵੀ ਕੋਰਟ ਦੇ ਬਾਹਰ ਆਏਗਾ ਮੇਰੇ ਗੁੰਡੇ ਤੈਨੂੰ ਸੌਤ ਦੇਣਗੇ ਇਹ ਜੱਜ ਸਾਹਿਬ ਲਿਖਦੇ ਪਏ ਨੇ ਮੈਂ ਨਹੀਂ ਲਿਖ ਰਿਆ ਤੁਸੀਂ ਇਹ ਰਿਕਾਰਡ ਤੁਹਾਡੇ ਕੋਲ ਅਸੀਂ ਐਵੀਡੈਂਸ ਦਿੰਨੇ ਆ ਅੱਛਾ ਜੀ ਉਹ BI ਦੇ ਵਿੱਚ ਉੱਥੇ ਮੈਨੂੰ ਕਿਹਾ ਜਾਂਦਾ ਪਾਪਾ ਤੇਰੇ ਤੇ ਮੈਂ ਪਰਚਾ ਦਰਜ ਕਰਨਾ ਹੈ ਕਰਨਾ ਮੈਂ ਬਹੁਤ ਜ਼ਿਆਦਾ ਡਰ ਗਿਆ ਉਸ ਤੋਂ ਬਾਅਦ ਮੇਰੇ ਬੇਟੇ ਨੂੰ ਲੀਡਰ ਕੋਲ ਭੇਜ ਕੇ ਆ ਲਿਖਵਾਇਆ ਗਿਆ ਕਿ ਮੇਰੇ ਫਾਦਰ ਸਾਹਿਬ ਲੁਧਿਆਣਾ ਸ਼ਹਿਰ ਚ ਨਹੀਂ ਨੇ ਬਾਹਰ ਹੈਗੇ ਨੇ ਜਦੋਂ ਆਉਣਗੇ ਤੇ ਉਦੋਂ ਆ ਕੇ ਤੁਹਾਨੂੰ ਬਿਆਨ ਦੇਣਗੇ ਤੇ ਮੈਂ ਮੇਰਾ ਭੂਤ ਸੀਗਾ ਉਸ ਵੇਲੇ ਪੁਲਿਸ ਹੈੱਡ ਕੁਆਟਰ ਚ ਜੇ ਮੈਂ ਬਾਹਰ ਸੀਗਾ ਤਾਂ ਇਹ ਤੋ ਆ ਲਿਖਵਾ ਲਿਆ ਉਸ ਤੋਂ ਬਾਅਦ ਜਦੋਂ ਮੈਂ ਨਿਕਲਣ ਲੱਗਾ ਕਹਿੰਦੇ ਕੁਝ ਕਰ ਦੇਗਾ ਮੈਂ ਕਿਹਾ ਜੀ ਮੈਂ ਸਮਝ ਗਿਆ ਮੈਂ ਕਿਹਾ ਜੀ ਕੀ ਕਰਾਂ ਐਦਾਂ ਮੈਂ ਕਹਾਂ ਜੀ ਇੰਨੇ ਕ ਨਹੀਂ ਹੋਣਗੇ ਨਹੀਂ ਨਹੀਂ ਤੂੰ ਕਰ ਮੈਂ ਲੁਧਿਆਣੇ ਆਇਆ 1.5 ਲੱਖ ਰੁਪਏ ਘਰੋਂ ਚੱਕਿਆ ਮੈਨੂੰ ਸੈਕਟਰ 43 ਦੇ ਬੱਸ ਅੱਡੇ 8 ਵਜੇ ਬੁਲਾਇਆ ਗਿਆ ਸੀ ਮੈਂ 8:30 ਪਹੁੰਚ ਗਿਆ ਸੀਗਾ ਉਹ ਕਾਰ ਚਾਏ ਮੈਨੂੰ ਨੰਬਰ ਨਹੀਂ ਪਤਾ ਕਿਉਂਕਿ ਕਾਰ ਉਹਨਾਂ ਨੇ ਇੱਕ ਸਾਈਡ ਤੇ ਲਾਈ ਹੋਈ ਸੀ ਠੀਕ ਹੈ ਜੀ ਮੇਰੇ ਤੋਂ 1.5 ਲੱਖ ਰੁਪਏ ਲੈ ਕੇ ਚਲੇ ਗਏ ਉਸ ਤੋਂ ਇੱਕ ਹਫ਼ਤੇ ਬਾਅਦ ਫਤਿਹਗੜ੍ਹ ਪੁਲਿਸ ਨੂੰ ਆਦੇਸ਼ ਦਿੱਤੇ ਕਿ ਇਸ ਦਰਖਾਸਤ ਦੇ ਉੱਪਰ ਮੁਕੱਦਮਾ ਦਰਜ ਕੀਤਾ ਜਾਵੇ ਕਿ ਐਨਾ ਕਾਗਜ਼ਾਂ ਤੇ 10 ਰੁਪਏ 20 ਰੁਪਏ ਦੇ ਸਟਾਮ ਜਿਹੜੇ 2003 ਹੀ ਚੱਲਦੇ ਸੀ ਦੋ ਵਿੱਚ ਉਹ ਹੁਣ ਵਰਤੇਗੇ ਨੇ ਜੋਟੇ ਜਿਹੜਾ ਔਰ ਕ੍ਰਿਮੀਨਲ ਬੰਦੇ ਦਾ ਸਾਥ ਦੇ ਕੇ ਪੰਜਾਬ ਦੇ ਵਿੱਚ ਇਹ ਜਿਹੜਾ ਕਰਪਟ ਪੁਲਿਸ ਅਫਸਰਾਂ ਦਾ ਔਰ ਮਾਫੀਆ ਦਾ ਬਹੁਤ ਵੱਡਾ ਨੈਕਸਸ ਚੱਲ ਰਿਹਾ ਮੈਂ ਬਹੁਤ ਜਗ੍ਹਾ ਤੱਕੇ ਖਾਂਦਾ ਰਿਹਾ ਵਾਂ ਐਂਡ ਜਾ ਕੇ ਮੈਨੂੰ ਹੁਣ ਸੀਐਮ ਸਾਹਿਬ ਨੂੰ ਇੰਟਰਰਪਟ ਕਰਨਾ ਪਿਆ ਉਹਨਾਂ ਦੇ ਭਾਸ਼ਣ ਵਿੱਚ ਜੋ ਕਿ ਮੈਨੂੰ ਨਹੀਂ ਚਾਹੀਦਾ ਸੀਗਾ ਲੇਕਿਨ ਮੈਂ ਮਜਬੂਰ ਸੀਗਾ ਹਮ ਸੀਐਮ ਸਾਹਿਬ ਦੇ ਨਾਲ ਮੁਲਾਕਾਤ ਹੋਈ ਆ ਉੱਥੇ ਤੁਸੀਂ ਆਪਣੀ ਜਿਹੜਾ ਸਾਰਾ ਆ ਪੱਖ ਦੱਸਿਆ ਤੁਸੀਂ ਆਪਣੀ ਸਾਰੀਆਂ ਗੱਲਾਂ ਦੱਸਿਆ ਨੇ ਉੱਥੇ ਉੱਥੋਂ ਕੀ ਆਸ਼ਵਾਸਨ ਮਿਲਿਆ ਸੀਐਮ ਸਾਹਿਬ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਨੇ ਮੈਨੂੰ ਪੂਰਨ ਸਹਿਯੋਗ ਦੇ ਅੰਮ੍ਰਿਤਸਰ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਇਨਸਾਫ ਮਿਲੇਗਾ ਉਸੇ ਵੇਲੇ ਉਹਨਾਂ ਨੇ ਲੁਧਿਆਣਾ ਦੇ ਸੀਪੀ ਸਾਹਿਬ ਨੂੰ ਫੋਨ ਕੀਤਾ ਅੱਜ ਸਵੇਰੇ ਡੀਜੀ ਸਾਹਿਬ ਨੇ ਲੁਧਿਆਣਾ ਸੀਪੀ ਸਾਹਿਬ ਨੂੰ ਵੀ ਫੋਨ ਕੀਤਾ ਕਿ ਭਾਈ ਇਹ ਪਤਾ ਕਰੋ ਇਹ ਮਸਲਾ ਕੀ ਹੈ ਇਹਨਾਂ ਨੇ ਹੁਣ ਸੀਪੀ ਸਾਹਿਬ ਨੇ ਬੜੀ ਸਾਨੂੰ ਕੋਆਪਰੇਟ ਕੀਤਾ ਹੈ ਇਹਨਾਂ ਨੇ ਫਤਿਹਗੜ੍ਹ ਦੇ ਐਸਐਸਪੀ ਸਾਹਿਬ ਨੂੰ ਕਿਹਾ ਕਿ ਭਾਈ ਇਹ ਬੰਦਾ ਜਿਹੜਾ ਹੈ ਇਹ ਮਾੜਾ ਬੰਦਾ ਹੈ ਮਾੜੇ ਕਿਰਦਾਰ ਦਾ ਇਹਦਾ ਅਸੀਂ ਸਾਰਾ ਕੁਝ ਪਤਾ ਕਰਾ ਲਿਆ ਹੈ ਤੇ ਉਹਨਾਂ ਨੇ ਮੈਨੂੰ 2-3 ਦਿਨਾਂ ਵਿੱਚ ਬੁਲਾਇਆ ਤੇ ਉਹ ਕਹਿੰਦੇ ਇਹਨਾਂ ਤੇ ਸਾਰਾ ਕੁਝ ਕਰਕੇ ਜੋ ਇਹਦੇ ਵਿੱਚ ਕੋਈ ਹੋਰ ਕਾਰਵਾਈ ਅਗਲੀ ਨਹੀਂ ਚਲਣੀ ਚਾਹੀਦੀ ਤੇ ਬਾਕੀ ਸਾਨੂੰ ਉਮੀਦ ਹੈ ਦੇਖੋ ਜੀ ਇੱਕ ਗੱਲ ਹੋਰ ਕਵਾਂਗੇ ਸੀਐਮ ਸਾਹਿਬ ਤੇ ਕੇਜਰੀਵਾਲ ਸਾਹਿਬ ਉਹ ਚਾਹੁੰਦੇ ਨੇ ਪੰਜਾਬ ਦੇ ਵਿੱਚ ਸੁਸ਼ਾਸਨ ਆਵੇ ਉਹ ਸਾਨੂੰ ਇਨਸਾਫ ਦੇਣਾ ਚਾਹੁੰਦੇ ਨੇ ਲੇਕਿਨ ਜਿਹੜਾ ਮਾਫੀਆ ਤੇ ਕਰਪਟ ਅਫਸਰਾਂ ਦਾ ਨੈਕਸਸ ਹੈ ਜਦ ਤੱਕ ਇਹ ਨਹੀਂ ਬੰਦ ਹੁੰਦਾ ਜੀ ਇਨਸਾਫ ਮਿਲਣਾ ਔਖਾ ਹੈ ਔਰ ਇੱਕ ਚੀਜ਼ ਹੋਰ ਹੋਰ ਕਰਨ ਵਾਲੀ ਹੈ ਵੀ ਜਦੋਂ ਇਹ ਪਰਚਾ ਦਰਜ ਹੁੰਦਾ ਉਸ ਤੋਂ ਪਹਿਲੇ ਅਸੀਂ ਇੱਕ ਸੂਟ ਫਾਈਲ ਕਰ ਚੁੱਕੇ ਹੁੰਦੇ ਆ ਕਾਗਜ਼ ਰਿਕਵਰੀ ਦਾ ਜਦੋਂ ਇਹਦੇ ਸਮਨ ਉਸ ਫਾਈਨੈਂਸਰ ਨੂੰ ਜਾਂਦੇ ਨੇ ਉਸ ਤੋਂ ਬਾਅਦ ਹੀ ਇਹ ਸਭ ਪਰਚੇ ਦਰਜ ਕੀਤੇ ਜਾਂਦੇ ਆ ਵੀ ਕਾਗਜ਼ ਰਿਕਵਰੀ ਦੇ ਕੇਸ ਪਾਏ ਐਸੀ ਕਾਗਜ਼ ਰਿਕਵਰੀ ਸਾਡੇ ਜਿਹੜੇ ਕਾਗਜ਼ ਮਾਨਤੀ ਮੇਰੇ ਫਾਦਰ ਸਾਹਿਬ ਨੇ 2003 ਚ ਦਿੱਤੇ ਉਹ ਸਾਡਾ ਵਾਪਸ ਲੈਣਾ ਹੱਕ ਹੈ ਉਹ ਸੂਟ ਫਾਈਲ ਕਰਨ ਤੋਂ ਬਾਅਦ ਹੀ ਇਹ ਸਭ ਪਰਚੇ ਦਰਜ ਹੋਏ अच्छा जी जेडे मेरा जी जी एक सवाल आंदा है ਤੁਸੀਂ ਤੁਹਾਡੇ 50000 ਰੁਪਏ ਦੇ ਨਾਲ ਨਾਲ ਤੁਸੀਂ ਕਹਿੰਦੇ ਅਸੀਂ ਪੈਸੇ ਵਾਪਸ ਦੇ ਦਿੱਤੇ ਉਹ ਕਿਸ਼ਤਾਂ ਨਾਲ ਤੁਸੀਂ ਪੈਸੇ ਵਾਪਸ ਉਸੇ ਵੇਲੇ ਜੀ ਵਨ ਟਾਈਮ 5000 ਰੁਪਿਆ ਵਨ ਟਾਈਮ ਹੀ ਦੇਣਾ ਸੀਗਾ ਉਹ ਦੇ ਤੇ ਵਿਆਜ ਦੇ ਦਿੱਤੀ ਅਹੀ ਕਾਗਜ ਦੇ ਦੇ ਅੱਛਾ ਜੀ ਇਹ ਦੇਖੋ ਜੀ ਇਹਨੇ ਕੋਰੇ ਚੈੱਕ ਦਾ ਕੀ ਕੀਤਾ ਇਹਨੇ ਝੂਠਾ ਜਿਹਾ ਮੁਕਦਮਾ ਦਰਜ ਕਰਾਇਆ 420 788671 ਉਹ ਕੋਰੇ ਚੈੱਕ ਦੇ ਬਿਨਾ ਤੇ 138 ਦਾ ਅਮਲੋਕ ਕੋਡ ਜਿਹਾ ਵੱਖਰਾ ਕੇਸ ਲਾ ਦਿੱਤਾ ਅਮ ਲੋਕ ਕੋਰਟ ਚ ਲਾਇਆ ਉਹਦੇ ਚ ਮੇਰੀ ਵਾਈਫ ਦਾ ਨਾਮ ਤੇ ਮੇਰਾ ਨਾਮ ਮਾਨਯੋਗ ਜੱਜ ਸਾਹਿਬ ਕਹਿੰਦੇ ਨੇ ਜਿਹਦਾ ਚੈੱਕ ਹੈ ਜੇ ਕਾਰਵਾਈ ਹੋਏਗੀ ਉਹਦੇ ਤੇ ਹੋਏਗੀ ਉਹਦੀ ਵਾਈਫ ਦਾ ਕੀ ਕੰਮ ਹੈ ਉਹਨਾਂ ਨੇ ਮੇਰੀ ਵਾਈਫ ਦਾ ਨਾਮ ਕਟਿਆ ਯਾਨੀ ਇਹਦਾ ਕੰਮ ਹੈ ਕਿ ਲੇਡੀਜ਼ ਨੂੰ ਤੇ ਬੱਚਿਆਂ ਨੂੰ ਉਲਝਾਓ ਤਾਂ ਜੋ ਬੰਦਾ ਟੇਬਲ ਤੇ ਆ ਕੇ ਪੈਸੇ ਦੇਵੇ ਹੋਰ ਕਿੰਨੇ ਕ ਬੰਦੇ ਆ ਕਿਉਂਕਿ ਤੁਸੀਂ ਜਿਸ ਤਰੀਕੇ ਨਾਲ ਆਪੇ ਐਨ ਆਰ ਆਈ ਬੀਬੀ ਜੋਗਿੰਦਰ ਕੌਰ ਜੀ ਹੈਗੇ ਨੇ ਉਹਨਾਂ ਤੇ ਮੁਕਦਮੇ ਆਜ 20 21 ਸਾਲ ਤੋਂ ਉਹ ਕੁਝ ਕੇਸ ਜਿੱਤ ਗਏ ਨੇ ਕੁਝ ਜਿੱਤ ਜਾਣਗੇ ਉਹ ਪੂਰਾ ਨਾਸ ਹੈਗੀ ਸਾਨੂੰ ਕਿਉਂਕਿ ਜਿਸ ਤਰ੍ਹਾਂ ਕਾਰਵਾਈ ਚੱਲ ਰਹੀ ਹੈ ਇੱਕ ਰੋਹਿਤ ਇੱਥੇ ਹੈਗਾ ਕਿਹਨਾ ਰੋਹਿਤ ਰੋਹਿਤ ਧਵਨ ਰੋਹਿਤ ਧਵਨ ਉਹਦੀ ਵਾਈਫ ਦੇ ਪਰਚਾ ਕਰਤਾ ਆਚਲ ਧਵਨ ਤੇ ਉਹਦੇ ਫਾਦਰ ਸੁਭਾਸ਼ ਧਵਨ ਤੇ ਸੇਮ ਸਟੋਰੀ ਐਸਸੀ ਐਸਟੀ ਦਾ ਕਾਰਡ ਖੇਡਿਆ ਗਿਆ ਉਹਨੂੰ ਆਪਣਾ ਮੰਡੀ ਗੋਵਿੰਦਗਨ ਥਾਣੇ ਕਿਉਂਕਿ ਫਤੇਗੜ ਸਾਹਿਬ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਇੱਕ ਨੈਕਸਸ ਹੈਗਾ ਤੇ ਇਸ ਨੂੰ ਲੈ ਕੇ ਤੁਸੀਂ ਸੀਐਮ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਕਿਸ ਤਰੀਕੇ ਦਾ ਰਿਐਕਸ਼ਨ ਸੀਗਾ ਪੋਜ਼ਿਟਿਵ 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 ਬਣਾਨੇ ਮੈਨੂੰ ਪੂਰਾ ਸਾਥ ਦਿੱਤਾ ਆ ਦੇਖੋ ਜੀ ਪੁੱਲਸ ਵਾਲਾ ਬੰਦਾ ਮੇਰੇ ਤੋਂ ਰਿਸ਼ਵਤ ਦੇ ਪੈਸੇ ਲੈ ਰਿਹਾ ਉਹ ਮੰਦਾ ਪਿਆ ਮੈਂ ਲੈਨੇ ਤੁਸੀਂ ਕੱਲ ਮੁੰਡਾ ਇੱਕ ਚੀਜ਼ ਕੱਲ ਮੁੰਡਾ ਭੇਜ ਕੇ ਮੰਗਾ ਲਓ ਇੱਕ ਮੈਂ ਇਹ ਚੀਜ਼ ਦਿਖਾਣਾ ਚਾਹੁੰਦਾ ਵੀ ਨੈਸ਼ਨਲ ਕਮਿਸ਼ਨ ਆਫ ਸ਼ਡਿਊਲ ਕਾਸਟ ਜੱਸੀ ਨੇ ਕਿੰਨੇ ਕੇਸ ਲਾਇਨੇ ਇਹ ਆਰਟੀ ਆਸੀ ਜੋ ਇਹ ਕਿਹਨੇ ਹੀ ਬੰਦਿਆਂ ਵਿੱਚ ਇਹ 12 ਪਰਿਵਾਰ ਇਹੋ ਜਿਹੇ ਜਿਨ੍ਹਾਂ ਨੇ ਐਸ ਸੀ ਐਸ ਟੀ ਜਸਵਿੰਦਰ ਸਿੰਘ ਵੜੈਚ ਜੋ ਕਿ ਜੱਟ ਬਰਾਦਰੀ ਦਾ ਬੰਦਾ ਹੈ ਉਹ 12 ਕੇਸ ਨੈਸ਼ਨਲ ਕਮਿਸ਼ਨ ਆਫ ਸ਼ਡਿਊਲ ਕਾਸਟ ਚਲਾ ਰਿਹਾ ਲੋਕਾਂ ਆਪਣੇ ਵਰਕਰਾਂ ਦੇ ਸਹਿਯੋਗ ਨਾਲ 12 ਪਰਿਵਾਰ ਨੇ ਔਰ ਕਮਿਸ਼ਨ ਕੀ ਕਹਿ ਰਿਹਾ ਹੈ ਕਮਿਸ਼ਨ ਸਾਡੇ ਕੇਸ 'ਚ ਕੀ ਕਹਿ ਰਿਹਾ ਹੈ ਵੀ ਜਿਹੜੀ ਤਾਂ ਤੁਸੀਂ ਜਤਿੰਦਰ ਕੁਮਾਰ ਦੇ ਖਿਲਾਫ ਜਿਹੜਾ ਉਹਨਾਂ ਨੇ ਬੋਲਿਆ ਉਸ ਚੀਜ਼ ਤੇ ਕਾਰਵਾਈ ਕਰੋ ਪਲੱਸ ਅਸੀਂ ਜਿਹੜੀ ਕੰਪਲੇਂਟ ਡੀਜੀਪੀ ਸਾਹਿਬ ਨੂੰ ਦਿੱਤੀ ਜੋ ਲੁਧਿਆਣਾ ਮਾਰਕ ਹੋ ਕੇ ਆ ਗਈ ਸੀ ਉਹਨੂੰ ਕਲੱਬ ਕਰਦੇ ਕਮਿਸ਼ਨ ਸਿਰਫ ਐਸਸੀਐਸਟੀ ਕੈਟਾਗਰੀ ਵਾਸਤੇ ਬਣਿਆ ਜੱਟ ਬਰਾਦਰੀ ਦੇ ਬੰਦੇ ਦੀ ਕੰਪਲੇਂਟ ਕਿੱਦਾਂ ਕਿਲਪ ਕਰ ਸਕਿਆ ਜਨਰਲ ਕੈਟੇਗਰੀ ਦਾ ਜਨਰਲ ਕੈਟੇਗਰੀ ਤੋਂ ਹੈ ਹੁਣ ਹੁਣ ਅੱਗੇ ਤੁਹਾਡੀ ਕਿਸ ਤਰੀਕੇ ਦੀ ਰਣਨੀਤੀ ਕਿਉਂਕਿ ਆ ਤੁਸੀਂ ਇੱਕ ਕੇਸ ਦੇ ਵਿੱਚ ਵੀ ਜਿਹੜਾ ਜਿੱਤ ਹਾਸਲ ਕੀਤੀ ਦੂਜੇ ਪਾਸੇ ਹੁਣ ਤੁਸੀਂ ਸੀਐਮ ਸਾਹਿਬ ਦੇ ਨਾਲ ਮੁਲਾਕਾਤ ਤੋਂ ਬਾਅਦ ਇਹਦੀ ਇਨਕੁਆਰੀ ਵੀ ਉਹ ਇਸ ਤਰ੍ਹਾਂ ਜੀ ਜਿਹੜਾ ਸਾਡੇ ਤੇ 420 76 86 71 ਫਤਿਹਗੜ੍ਹ ਸਾਹਿਬ ਮਕਦਮਾ ਦਰਜ ਹੈ ਉਹ ਕੈਨਸਲ ਕੀਤਾ ਜਾਵੇ ਇੱਕ ਜਿਹੜਾ ਅਮਲੋ ਦੇ ਚ 138 ਦਾ ਮੁਕਦਮਾ ਦਰਜ ਹੈ ਉਹਦਾ ਨਾਲ ਰਿਲੇਟਡ ਹੈ ਉਹੀ ਚੈੱਕ ਵਰਤੇ ਆ ਗਿਆ ਮਤਲਬ ਇੱਕੋ ਚੈੱਕ ਦੇ ਨਾਲ ਉਧਰ ਐਸ்சிਐਸਟੀ ਕਮਿਸ਼ਨ ਵੀ ਕਈ ਜਗ੍ਹਾ ਉਲਝਾਇਆ ਇਹ ਦੋਨੋਂ ਕੇਸ ਵਾਪਸ ਕੀਤੇ ਜਾਣ ਔਰ ਜਿਨ੍ਹਾਂ ਨੇ ਸਾਡੇ ਤੇ ਝੂਠੀ ਤਰਖਾਸ ਜਤਿੰਦਰ ਕੁਮਾਰ ਨੇ ਦਿੱਤੀ ਹੈ ਔਰ ਇੱਕ ਜਿਹੜਾ ਜਸਵਿੰਦਰ ਸਿੰਘ ਜੀ ਨੇ ਸਾਡੇ ਤੇ ਝੂਠੇ ਕਾਗਜ਼ ਵਰਤੇ ਨੇ ਸਾਡੇ ਨਕਲੀ ਸਾਈਨ ਕੀਤੇ ਨੇ ਤੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਇਹ ਕਾਰਵਾਈ ਨਾ ਹੋਈ ਅਸੀਂ ਸਾਰਾ ਪਰਿਵਾਰ ਸੋਸਾਇਟ ਕਰ ਲਾਂਗੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਪਰ ਦੂਜੇ ਪਾਸੇ ਇੱਕ ਤੁਸੀਂ ਜ਼ਿਕਰ ਕਰ ਰਹੇ ਸੀ ਜਿਹੜੇ ਪੇਮੈਂਟਾਂ ਤੁਸੀਂ ਦਿੱਤੀਆਂ ਹੋਈਆਂ ਨੇ ਉਹ ਤੁਸੀਂ ਕਿਹਾ ਵੀ ਆਹ ਟ੍ਰਾਂਜੈਕਸ਼ਨਸ ਹੋਈਆਂ ਨੇ ਅਸੀਂ ਇੱਕ ਨੰਬਰ ਤੇ ਅਸੀਂ ਇਹਨੂੰ ਕਿਹਾ ਸੀ ਤੇਰੇ ਅਕਾਊਂਟ 'ਚ ਆਪਨੇ ਇੱਕ ਵਾਰ ਮੈਂ ਕਿਹਾ ਸੀਗਾ ਮੈਂ ਕਿਹਾ ਸ਼ਾਇਦ ਇਹ ਲੈ ਲਵੇ ਲੇਕਿਨ ਇਹਨਾਂ ਦੀ ਬਹੁਤ ਤੇਜ਼ ਬੰਦਾ ਹੈ ਇਹਨੇ ਜੋ ਵੀ ਲਿੱਤਾ ਨਗਦ ਲਿੱਤਾ ਨਗਦ ਲਿਆ ਇਹਨੇ ਪੈਸਾ ਸਾਰਾ ਇਹ ਨਗਦ ਹੀ ਦਿੱਤਾ ਕੋਈ ਬੈਂਕ ਦੀ ਟ੍ਰਾਂਜੈਕਸ਼ਨ ਅਵੇਲੇਬਲ ਨਹੀਂ ਹੈ ਇਹਨੇ ਇੱਕ ਆਪਣੀ ਸੀਏ ਦੀ ਰਿਪੋਰਟ ਨਾਲ ਲਾਈ ਜਿੱਦੇ 'ਚ ਉਹ ਇਹ ਦਰਸਾ ਰਿਹਾ ਵੀ ਇੱਕ 5 ਲੱਖ ਰੁਪਏ ਸਾਨੂੰ ਨਗਦ ਦਿੱਤਾ ਗਿਆ ਇੱਕ ਉਹਦੇ ਨੌਰਮ ਲਾਇਆ ਹੋਇਆ ਵੀ 2 ਲੱਖ ਤੋਂ ਉੱਤੇ ਦੀ ਕੈਸ਼ ਦੀ ਟਰਾਂਜੈਕਸ਼ਨ ਨਹੀਂ ਹੋ ਸਕਦੀ। ਜੀ। ਜੋ 2 ਲੱਖ ਤੋਂ ਉੱਤੇ ਦੀ ਨਹੀਂ ਹੋ ਸਕਦੀ 10 ਲੱਖ ਤੇ 5 ਲੱਖ ਦਾ ਨਗਦ ਲੈਣ ਦੇ ਕਿੱਦਾਂ ਹੋ ਸਕਦਾ? ਇਹ ਸਾਡੇ ਦਾ ਜੋ ਕਹਿੰਦਾ ਸੀ 15 ਲੱਖ ਲਿਆ ਕਿੱਦਾਂ ਲੈ ਲਿਆ ਸੀ ਨਗਦ? ਜਦੋਂ ਭਾਰਤ ਸਰਕਾਰ ਕਹਿੰਦੀ ਕਿ 2 ਲੱਖ ਤੋਂ ਵੱਧ ਲੈਣ ਦੇ ਨਗਦ ਨਹੀਂ ਕਰ ਸਕਦੇ। ਝੂਠੀ ਨੇ, ਉਹ ਝੂਠ ਦੇ ਤਾਂ ਦੇਖੋ ਜੀ ਕੋਈ ਪੈਰ ਨਹੀਂ ਹੁੰਦੇ ਐਂਡ ਇੱਕ ਦਿਨ ਤਾਂ ਜੇ ਉਹ ਕਲੀਅਰ ਹੋਣਾ ਹੀ ਹੋਣਾ। ਠੀਕ ਆ ਅਸੀਂ ਖੱਜਲ ਹੋਏ ਆ 20 ਸਾਲ ਸਾਡਾ ਤਪ ਰਿਹਾ ਹੈ ਲੇਕਿਨ ਸਾਨੂੰ ਇਨਸਾਫ ਮਿਲੇਗਾ ਉਮੀਦ ਹੈ। ਜੇ ਅਗਰ ਨਹੀਂ ਕੋਈ ਮਸਲਾ ਹੱਲ ਹੁੰਦਾ ਫਿਰ ਅੱਗੇ ਤੁਹਾਡੇ ਵੱਲੋਂ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਫਿਰ ਅਸੀਂ ਸਰਕਾਰ ਦੇ ਮੱਥੇ ਲੱਗ ਕੇ ਮਰ ਜਾਵਾਂਗੇ ਲੇਕਿਨ ਸਰਕਾਰ ਦਿੱਥੂ-ਥੂ ਜ਼ਰੂਰ ਕਰਾਵਾਂਗੇ ਮਰਾਂਗੇ ਮਤਲਬ ਸਾਡਾ ਮਰਨਾ ਮਰਨਾ ਨਹੀਂ ਹੋਊਗਾ ਕਿ ਸ਼ਹੀਦੀ ਹੋਏਗੀ ਲੋਕਾਂ ਲਈ ਵੀ ਜੜਾਏ ਅੱਗੇ ਲੋਕਾਂ ਨੂੰ ਇਨਸਾਫ ਮਿਲ ਜਾਏਗਾ ਸੋ ਸਾਫ਼ ਤੌਰ ਤੇ ਕੱਲ ਜਿਹੜੀ ਹੈ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਤੋਂ ਬਾਅਦ ਇੱਕ ਆਸ਼ਵਾਸਨ ਮਿਲਿਆ ਪਰ ਉਹਨਾਂ ਨੇ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇੱਕ ਉਮੀਦ ਵੱਜੀ ਹੈ ਕੀ ਜਿਹੜੇ ਉਹਨਾਂ ਦੇ ਮਸਲੇ ਹੈਗੇ ਨੇ ਉਹ ਜਲਦ ਹੱਲ ਹੋਣਗੇ ਹਾਲਾਂਕਿ ਮਸਲਾ ਪੈਸਿਆਂ ਦਾ ਹੈ ਪੈਸਿਆਂ ਦੇ ਚੱਲਦਿਆਂ ਜਿਹੜਾ ਸਾਰਾ ਵਿਵਾਦ ਹੋਇਆ ਔਰ ਕਈ ਮਾਮਲੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੋਏ ਨੇ ਔਰ ਉਸ ਨੂੰ ਲੈ ਕੇ ਉਹਨਾਂ ਨੇ ਕਹਿ ਕਿ ਇਹ ਜਿਹੜੇ ਮਾਮਲੇ ਨੇ ਇਹ ਰੱਦ ਹੋਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਜਿਹੜਾ ਇਨਸਾਫ ਉਹ ਮਿਲ ਸਕੇ ਲੁਧਿਆਣਾ ਤੋਂ ਰਜਿੰਦਰ ਅਰੋੜਾ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते